ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ ਨੇ 8 ਮਈ ਤੋਂ ਮੁੰਬਈ ਕਰਾਚੀ ਦੇ ਦਰਮਿਆਨ ਉਡਾਨਾਂ ਨੂੰ ਬੰਦ ਕਰਨ ਦੀ ਘੋਸ਼ਣਾ ਕੀਤੀ ਹੈ। ਪੀਆਈਏ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਉਡਾਨਾਂ ਰੱਦ ਕਰਨ ਦਾ ਫੈਸਲਾ ਭਾਰਤ ਪਾਕ ਦਰਮਿਆਨ ਤਣਾਅ ਜਾਂ ਯਾਤਰੀਆਂ ਦੀ ਸੰਖਿਆ ਵਿੱਚ ਕਮੀ ਦੇ ਚੱਲਦੇ ਨਹੀਂ, ਸਗੋਂ ਜਹਾਜ਼ ਪਟੇ ਦੀ ਇਸ ਮਹੀਨੇ ਅਵਧੀ ਖਤਮ ਹੋਣ ਕਾਰਨ ਕੀਤਾ ਗਿਆ। ਇਸ ਤੋਂ ਪਹਿਲੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ ਵੱਲੋਂ 15 ਮਈ ਅਤੇ ਕਰਾਚੀ ਦਰਮਿਆਨ ਦੀ ਉਡਾਨ ਸੇਵਾ ਬੰਦ ਕਰਨ ਦੀ ਗੱਲ ਕੀਤੀ ਗਈ ਸੀ। ਸੋਮਵਾਰ ਕਸ਼ਮੀਰ ਦੀ ਕ੍ਰਿਸ਼ਨਾ ਘਾਟੀ ਵਿੱਚ ਪਾਕਿਸਤਾਨੀ ਸੈਨਾ ਵੱਲੋਂ ਦੋ ਭਾਰਤੀ ਜਵਾਨਾਂ ਦੀਆਂ ਲਾਸ਼ਾਂ ਨਾਲ ਕਰੂਰਤਾ ਵਰਤੇ ਜਾਣ ਅਤੇ ਐਲਓਸੀ ਤੇ ਲਗਾਤਾਰ ਜਾਰੀ ਗੋਲੀਬਾਰੀ ਦੀ ਘਟਨਾ ਦੇ ਬਾਅਦ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਦੇ ਚੱਲਦੇ ਮੁੰਬਈ ਤੋਂ ਕਰਾਚੀ ਜਾਣ ਅਤੇ ਆਉਣ ਵਾਲੀਆਂ ਯਾਤਰੀਆਂ ਦੀ ਸੰਖਿਆ ਵਿੱਚ ਭਾਰੀ ਗਿਰਾਵਟ ਆਈ ਹੈ। ਦੋਨਾਂ ਦੇਸ਼ਾਂ ਦਰਮਿਆਨ ਵੱਧਦੇ ਤਣਾਅ ਦੇ ਚੱਲਦੇ ਯਾਤਰੀਆਂ ਨੂੰ ਵੀਜ਼ਾ ਨਹੀਂ ਜਾਰੀ ਕੀਤਾ ਜਾ ਰਿਹਾ। ਇਸ ਦੇ ਚੱਲਦੇ ਏਅਰਲਾਈਨਸ ਨੂੰ ਯਾਤਰੀ ਨਹੀਂ ਮਿਲ ਰਹੇ ਨੇ। ਸੂਤਰਾਂ ਮੁਤਾਬਿਕ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ ਮੁੰਬਈ ਕਰਾਚੀ ਦਰਮਿਆਨ ਦੀ ਉਡਾਨ ਸੇਵਾ ਬੰਦ ਕਰਨ ਦੀ ਯੋਜਨਾ 'ਚ ਹੈ। ਭਾਰਤ ਨੇ ਇਸ ਘਟਨਾ ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਪਾਕਿਸਤਾਨ ਨੂੰ ਇਸ ਦਾ ਮਾਕੂਲ ਜਵਾਬ ਦੇਣ ਦੀ ਗੱਲ ਕੀਤੀ ਹੈ। ਭਾਰਤੀ ਸੈਨਾ ਪ੍ਰਮੁੱਖ ਬਿਪਿਨ ਰਾਵਤ ਨੇ ਵੀ ਪਾਕਿਸਤਾਨ ਨੂੰ ਜਵਾਨਾਂ ਦੀਆਂ ਲਾਸ਼ਾਂ ਨਾਲ ਕਰੂਰਤਾ ਦਾ ਜਵਾਬ ਦੇਣ ਦਾ ਸੰਕੇਤ ਦਿੱਤਾ ਹੈ। ਭਾਰਤ ਨੇ ਇਸ ਮੁੱਦੇ ਨੂੰ ਲੈ ਕੇ ਪਾਕਿਸਤਾਨੀ ਹਾਈ ਕਮਿਸ਼ਨਰ ਨੂੰ ਵੀ ਤਲਬ ਕੀਤਾ ਹੈ।